पूरे पंजाब दे विच कोरोना वायरस की मार जिहड़ी है पंजाब दे विच जारी है। तो जेकर मैं गल करा डेरा बाबा नानक दी, तां डेरा बाबा नानक दे विच वी जिहड़े केसां दे विच लगातार वाधा हो रहा है। तो जेकर ओवरऑल गुरदासपुर की गल करा तां गुरदासपुर जिले दे विच वी केसां दे विच वाधा हुंदा दिखाई दे रहा है। साडे नाल इस वेले सिविल सर्जन गुरदासपुर डॉक्टर किशन चंद जी मौजूद ने, उन्हां नाल गलबात कर लैंदे आ ते सारे जिले का ओवरऑल हाल जानदे आ। जी किन्ने केस ने पूरे जिले दे विच ते डेरा बाबा नानक दे विच किन्ने गए? हूँ तो जिला गुरदासपुर 1547 1547 जो शक्की केसों का सैंपल लिया गया से, जिन्हों 15,000 199 से केस जो नैगेटिव पाए गए, 258 केस पॉजिटिव पाए गए हैं, जिन्हों 198 करीब ठीक हो गए अपने घर जा चुके हैं। 48 तो अलावा वाद केस जो है जो एक्टिव ने, जिहड़े कि हस्पतालों वक्रे वक्रे हस्पतालों लाए, जिन्हों 34 जो साडे गुरदासपुर जिले हस्पतालों का इलाज हो रहा है, ਅਤੇ ਬਾਕੀ ਲੁਧਿਆਣਾ ਜਲੰਧਰ ਕਪੂਰਥਲਾ ਅਤੇ ਬਾਕੀ ਥਾਵਾਂ ਦਾ ਇਲਾਜ ਹੋ ਰਿਹਾ ਹੈ। ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਘਰ 'ਚ ਰਹਿਣ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰ, ਮਾਸਕ ਲਗਾ ਕੇ ਰੱਖੋ। ਕਿੱਦਾਂ ਜਿਹੜੇ ਕਰੋਨਾ ਪੇਸ਼ੈਂਟ ਜਿਹੜੇ ਰੱਖੇ ਗਏ ਨੇ ਉਹਨਾਂ ਦਾ ਇਲਾਜ ਕਿੱਦਾਂ ਕੀਤਾ ਜਾ ਰਿਹਾ? ਉਹਨਾਂ ਨੂੰ ਇੱਕ ਆਈਸੋਲੇਟ ਕੀਤਾ ਜਾਂਦਾ ਹੈ, ਉਸ ਤੋਂ ਇਮਿਊਨੋ ਸਪਰੈਸ਼ਨ ਅਤੇ ਬਾਕੀ ਮੈਡੀਸਨ ਦੇ ਕੇ ਕੀਤਾ ਜਾਂਦਾ ਹੈ, ਬਰੀਦਿੰਗ ਐਕਸਰਸਾਈਜ਼ ਕੀਤੀ ਜਾਂਦੀ, ਯੋਗਾ ਦਿੱਤਾ ਜਾਂਦਾ, ਡਾਇਟ ਰੱਖੀ ਜਾਂਦੀ। ਤੇ ਜਿਹੜੇ ਕਿਤੇ ਨਾ ਕਿਤੇ ਵੇਖਿਆ ਜਾਂਦਾ ਹੈ ਕਿ ਜਿਹੜੇ ਦੁਕਾਨਦਾਰ ਨੇ ਉਹਨਾਂ ਤੇ ਵੀ ਜਿਹੜਾ ਸ਼ਿਕੰਜਾ ਤਾਂ ਕੱਸਿਆ ਜਾ ਰਿਹਾ, ਪਰ ਫਿਰ ਵੀ ਸੋਸ਼ਲ ਡਿਸਟੈਂਸਿੰਗ ਜਿਹੜੀ ਮੇਨਟੇਨ ਨਹੀਂ ਹੁੰਦੀ, ਮਾਸਕ ਨਹੀਂ ਪਾਇਆ ਹੁੰਦਾ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਅਸੀਂ ਸਾਡਾ ਮੈਂ ਬਾਕੀ ਪ੍ਰਸ਼ਾਸਨ ਸਾਰੀ ਅਪੀਲ ਕਰਦੇ ਰਹੇ ਹਾਂ ਸ਼ੁਰੂ ਤੋਂ, 2-3 ਮਹੀਨਿਆਂ ਤੋਂ ਕਰਦੇ ਰਹੇ, ਲੇਕਿਨ ਸ਼ਾਇਦ ਕੁਛ ਜਿਹੜੇ ਲੋਕ ਹੈ ਇਸ ਚੀਜ਼ ਨੂੰ ਨਹੀਂ ਸੀਰੀਅਸਲੀ ਲੈ ਰਹੇ, ਜਿਸ ਕਰਕੇ ਕੀ ਹੋ ਰਿਹਾ ਕਿ ਇਹ ਕੇਸ ਨੇੜੇ ਹੁਣ ਵੀ ਆ ਰਹੇ ਹਨ। ਜੇ ਇਹ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣ, ਮਾਸਕ ਲਗਾ ਕੇ ਰੱਖਣ, ਤੇ ਇੱਕ ਹੱਥ ਤੋਂ ਹੱਥ 20 ਸੈਕਿੰਡ 20 ਸੈਕਿੰਡ ਲਈ ਹੱਥ ਧੋ ਕੇ ਰੱਖਣ, ਤੇ ਬਹੁਤ ਵਧੀਆ ਕੇਸ ਤੋਂ ਬਚਿਆ ਜਾ ਸਕਦਾ, ਇਸ ਬਿਮਾਰੀ ਬਚਿਆ ਜਾ ਸਕਦਾ, ਲੇਕਿਨ ਲੋਕ ਕੁਛ ਸੀਰੀਅਸਲੀ ਨਹੀਂ ਲੈ ਰਹੇ, ਇਸ ਕਰਕੇ ਸਾਨੂੰ ਭੁਗਤਣਾ ਪੈ ਰਿਹਾ। ਡੇਰਾ ਬਾਬਾ ਨਾਨਕ ਦੀ ਕੀ ਪੋਜੀਸ਼ਨ ਹੈ ਕਰੋਨਾ ਵਿੱਚ? ਡੇਰਾ ਬਾਬਾ ਨੂੰ ਜਿਸ ਤਰ੍ਹਾਂ ਅੱਜ ਪਤਾ ਲੱਗਿਆ 20 ਕੇਸ ਹੋਏ ਨੇ ਸਾਡੇ, 20 ਕੇਸ ਹੋ ਗਏ ਨੇ ਪੋਜ਼ਿਟਿਵ, ਜਿਹਨਾਂ ਨੂੰ ਅਸੀਂ ਕੁਆਰੰਟਾਈਨ ਕਰ ਦਿੱਤਾ ਗਿਆ, ਤੇ ਉਸ ਤੋਂ ਇਲਾਵਾ ਹੋਰ ਡੋਰ ਟੂ ਡੋਰ ਸੈਂਪਲਿੰਗ ਕਰਾਂਗੇ, ਹਾਊਸ ਹਾਊਸ, ਹੋਰ ਕੇਸ ਜਿਹੜੇ ਵੀ ਲੱਭਣਗੇ, ਜਿਹਨੂੰ ਸਾਰੀ ਜਾਂ ਆਈਐਲਆਈ ਇਨਫਲੂਐਂਜਾ ਲਾਈਕ ਸਿੰਪਟਮ, ਜਿਹਨੂੰ ਖੰਘ ਜ਼ੁਕਾਮ ਦਾ ਡਾਇਲਸਿਸ ਦਾ ਮਰੀਜ਼ ਹੋਵੇ, ਸ਼ੂਗਰ ਦਾ ਮਰੀਜ਼ ਹੋਵੇ, ਉਹਦਾ ਵੀ ਆਪਣੀ ਖਾਸ ਤੌਰ 'ਤੇ ਸੈਂਪਲਿੰਗ ਕਰਾਵਾਂਗੇ। ਮੇਰੀ ਲੋਕਾਂ ਨੂੰ ਅਪੀਲ ਹੈ ਜੋ ਜੇ ਇਸ ਤਰ੍ਹਾਂ ਦੇ ਮਰੀਜ਼ ਜਿਹੜੇ ਕਿ ਹੁੰਦੇ ਨੇ ਸਬਜੈਕਟ ਹੁੰਦੇ ਨੇ ਜਿਹੜੇ ਬਹੁਤ ਜਲਦੀ ਇਹਨਾਂ 'ਚ ਆ ਸਕਦੇ ਨੇ, ਬਿਮਾਰੀ ਲੱਗ ਸਕਦੀ, ਉਹਨਾਂ ਨੂੰ ਪਹਿਲੇ ਆ ਕੇ ਟੈਸਟ ਕਰਵਾਉਣਾ ਚਾਹੀਦਾ ਜਾਂ ਵੱਖਰੇ ਰਹਿਣਾ ਚਾਹੀਦਾ। ਬਹੁਤ ਧੰਨਵਾਦ ਜੀ। ਜੀ ਇਹ ਸਨ ਗੁਰਦਾਸਪੁਰ ਦੇ ਸਿਵਲ ਸਰਜਨ ਡਾਕਟਰ ਕਿਸ਼ਨ ਚੰਦ ਜੀ, ਜਿਨ੍ਹਾਂ ਨੇ ਓਵਰਆਲ ਜਿਹੜੀ ਗੁਰਦਾਸਪੁਰ ਦੀ ਜਾਣਕਾਰੀ ਦਿੱਤੀ ਹੈ, ਅਤੇ ਲੋਕਾਂ ਨੂੰ ਅਪੀਲ ਦੇ ਨਾਲ ਨਾਲ ਕਿਤੇ ਨਾ ਕਿਤੇ ਵਾਰਨਿੰਗ ਵੀ ਦਿੱਤੀ ਹੈ ਕਿ ਹੁਣ ਵੀ ਸਮਝ ਜਾਓ, ਨਹੀਂ ਤਾਂ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਪਛਤਾਉਣਾ ਪਵੇਗਾ। ਕੈਮਰਾਮੈਨ ਦੀਪਕ ਦੇ ਨਾਲ ਸਾਹਿਲ ਮਹਿਤਾ, ਦਿਵਿਆ ਪੰਜਾਬ ਟੀਵੀ, ਡੇਰਾ ਬਾਬਾ ਨਾਨਕ।